ਉ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜੀਵਨ ਸ੍ਰੀ ਸੰਤ ਪਾਈ ਸਵਾਇਆ ਸਿੰਘ ਜੀ ਆ ਉਸ ਦਾ ਅਗਲਾ ਹਿੱਸਾ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਅਗਲਾ ਹੈ ਵਿਆਹ ਹੁਣ ਦੇਖੋ ਸੰਤਾਂ ਦੇ ਜੀਵਨ ਦਾ ਇੱਕ ਹੋਰ ਮਹਾਨ ਪੁਰੋਕਾਰੀ ਦਰਸ਼ਨ ਗੱਲਾਂ ਨਾਲ ਪਰਉਪਕਾਰੀ ਸਭ ਕੋਈ ਹੈ ਦਮਾਂ ਨਾਲ ਕੋਈ ਕੋਈ ਤੇ ਸ਼ਰੀਰ ਨਾਲ ਕੋਈ ਵਿਰਲਾ ਪਰ ਦੁੱਖ ਸਹੇੜ ਕੇ ਪਰਉਪਕਾਰੀ ਗੁਰੂ ਕੇ ਪਿਆਰੇ ਭਾਈ ਸ਼ਾਮ ਸਿੰਘ ਜੀ ਵਰਗੇ ਅਤ ਵਿਰਲੇ ਹਨ ਸੰਸਵਾਯਾ ਸਿੰਘ ਜੀ ਪਹਿਲੇ ਇਕੱਲੇ ਹੀ ਵਿਚਰਦੇ ਹੁੰਦੇ ਸਨ ਪਤਾ ਲੱਗਦਾ ਹੈ ਕਿ ਇੱਕ ਦਿਨ ਆਪ ਦੀ ਮਾਤਾ ਜੀ ਨੇ ਵਿਆਹ ਵਾਸਤੇ ਕਿਹਾ ਅਗੋਂ ਸੰਤਾ ਨੇ ਉੱਤਰ ਦਿੱਤਾ ਕਿ ਮੈਂ ਇਹ ਮਨ ਵਾਹਿਗੁਰੂ ਜੀ ਨੂੰ ਦੇ ਦਿੰਦਾ ਹੈ ਤੇ ਚਾਹੁੰਦਾ ਹਾਂ ਕਿ ਇਹ ਸਰੀਰ ਗੁਰੂ ਕਲਗੀਆਂ ਵਾਲੇ ਦੀ ਸੇਵਾ ਵਿੱਚ ਹੀ ਸਫਲਾ ਹੋਵੇ ਇਸ ਲਈ ਸਾਥ ਸੰਗਤ ਦੀ ਸੇਵਾ ਕਰਦਾ ਹਾਂ ਵਿਆਹ ਕੀ ਤੇ ਆਮੋ ਮਾਇਆ ਪੈ ਜਾਏਗੀ ਤੇ ਖੁਦਗਰਜ਼ੀ ਆ ਜਾਏਗੀ ਤਦ ਮੈਂ ਆਪਣਾ ਸੇਵਕ ਬਣ ਜਾਵਾਂਗਾ ਪਰ ਇਧਰ ਮਾਤਾ ਦਾ ਹੁਕਮ ਸੀ ਗੁਰੂ ਘਰ ਵਿੱਚ ਸਿੱਖ ਲਈ ਵਿਆਹ ਮਰਿਆਦਾ ਵੀ ਹੈ ਮਾਤਾ ਹਟ ਤੇ ਹੋ ਗਈ ਤਦ ਆਪਨੇ ਕਿਹਾ ਕਿ ਅੱਛਾ ਮਾਤਾ ਜੀ ਜੇ ਤੁਸੀਂ ਮੇਰਾ ਵਿਆਹ ਕਰਾਉਣਾ ਹੀ ਹੈ ਤਦ ਮੈਨੂੰ ਇਸਤਰੀ ਆਪ ਢੂੰਡ ਲੈਣ ਦੀ ਆਗਿਆ ਦਿਓ ਜਿਸ ਨਾਲ ਮੇਰਾ ਚਿਤ ਕਰੇ ਵਿਆਹ ਕਰਾਂ ਇਹ ਬਚਨ ਆਪ ਦਾ ਸ੍ਰੀ ਮਾਤਾ ਜੀ ਨੇ ਮੰਨ ਲਿਆ ਹੁਣ ਸੰਤਾਂ ਦੇ ਆਪਾ ਤਿਆਗ ਸੇਵਾ ਤੇ ਉਪਕਾਰ ਦਾ ਕਮਾਲ ਤੱਕੋ ਆਪਨੇ ਟੂਨ ਟਾਂਡ ਕੇ ਆਪਣੇ ਵਿਆਹ ਲਈ ਇੱਕ ਨੇਤਰਾਂ ਤੋਂ ਹੀਣ ਇਸਤਰੀ ਲੱਭੀ ਜਿਸਦੇ ਹੱਥ ਪੈਰ ਵੀ ਸਵਸਥ ਨਹੀਂ ਸਨ ਉਹ ਆਪਣੀ ਕਿਰਿਆ ਆਪ ਨਹੀਂ ਸੀ ਸਾਥ ਸਕਦੀ ਉਸ ਨਾਲ ਵਿਆਹ ਕੀਤਾ ਵਿਆਹ ਦਾ ਫਲ ਇਹ ਕਿ ਉਸ ਬੀਬੀ ਨੂੰ ਅਨਬਸਤਰ ਦਾ ਆਰਾਮ ਹੋ ਗਿਆ ਐਸਾ ਗੁਰਮੁਖ ਸਾਥੀ ਤੇ ਸਰਤਾਜ ਮਿਲ ਗਿਆ ਅਤੇ ਸਤਸੰਗ ਵਿੱਚ ਵਾਸ ਹੋ ਗਿਆ ਹোন ਵਿਚਾਰ ਕਰੋ ਕਿ ਨੇਤਰਹੀਨ ਤੇ ਅੰਗਾ ਕਰਕੇ ਅਪਾਹਜ ਇਸਤਰੀ ਦੇ ਵਿਆਹ ਵਿੱਚ ਕਿਤਨਾ ਅਮਲੀ ਤਿਆਗ ਹੈ ਇਸ ਬੀਬੀ ਦੇ ਸੁੱਖ ਦਾ ਸਾਰਾ ਸਾਮਾਨ ਆਪ ਨੂੰ ਕਰਨਾ ਪੈਂਦਾ ਸੀ ਇਸਤਰੀ ਵੱਲੋਂ ਸੇਵਾ ਦਾ ਕੋਈ ਸੁੱਖ ਨਹੀਂ ਸੀ ਜਿਨ੍ਹਾਂ ਨੇ ਡਿੱਠਾ ਹੈ ਉਹ ਜਾਣਦੇ ਹਨ ਕਿ ਜਿਵੇਂ ਸੰਤ ਜੀ ਲੋੜਵੰਦਾਂ ਦੁਖੀਆਂ ਪਸ਼ੂਆਂ ਤੇ ਜੀਵਾਂ ਦਾ ਸੁੱਖ ਸਾਮਾਨ ਕਰਦੇ ਸਨ ਉਹੀ ਇਸ ਇਸਤਰੀ ਦਾ ਕਰਦੇ ਸਨ ਗੋਇਆ ਆਪਣੇ ਵਿਵਹਾਰ ਨੂੰ ਵੀ ਇੱਕ ਨੇਤਰਹੀਣ ਤੇ ਅੰਗਹੀਣ ਇਸਤਰੀ ਨੂੰ ਚੁਣ ਕੇ ਜਿਸ ਦਾ ਸਹਾਰਾ ਕੋਈ ਨਹੀਂ ਸੀ ਇੱਕ ਸੇਵਾ ਕਰਨ ਦਾ ਵਸੀਲਾ ਹੋਰ ਬਣਾ ਲਿਆ। ਕੌਣ ਹੈ ਸਿਵਾਏ ਕਲਗੀਆਂ ਵਾਲੇ ਦੇ ਅਨੰ ਭਗਤ ਸਿੱਖਾਂ ਦੇ ਜੋ ਐਸੇ ਕੁਰਬਾਨੀ ਦੇ ਜੀਵਨ ਬਸਰ ਕਰਨ। ਅਗਲਾ ਹੈ ਆਪਣੇ ਗਾਕਾਂ ਦਾ ਦਰਦ। ਅਸੀਂ ਪਿੱਛੇ ਦਸ ਆਏ ਹਾਂ। ਕੇ ਚਾਰਟ ਇਵੈਂਟ ਦਰਵਾਜ਼ੇ ਤੋਂ ਬਾਹਰ ਸ੍ਰੀ ਤਰਨ ਤਾਰਨ ਸਾਹਿਬ ਦੀ ਸੜਕ ਤੇ ਆਪਨੇ ਗਊਸ਼ਾਲਾ ਖੂਤੇ ਪਸ਼ੂਆਂ ਦੇ ਪਾਣੀ ਪੀਣ ਲਈ ਚੁ ਬੱਚੇ ਬਣਵਾਏ ਹੋਏ ਸਨ ਚੁ ਬੱਚਿਆਂ ਦੇ ਨਾਲ ਇੱਥੇ ਇੱਕ ਦੁਕਾਨ ਵੀ ਬਣੀ ਹੋਈ ਸੀ ਜੋ ਇੱਕ ਸਮੇ ਇੱਕ ਲੋੜਵੰਦ ਹਲਵਾਈ ਨੂੰ ਦਿੱਤੀ ਗਈ ਸੀ ਉਹ ਦੁੱਧ ਦਹੀਂ ਰੱਖਦਾ ਸੀ ਤੇ ਉਸ ਦੀ ਚੰਗੀ ਵਿਕਰੀ ਹੋ ਜਾਂਦੀ ਸੀ ਗਰਮੀ ਦੇ ਦਿਨ ਸਨ 3-4 ਵਜੇ ਦੇ ਕਰੀਬ ਸ਼ਹਿਰ ਦਾ ਵਗ ਬਾਹਰੋਂ ਫਿਰ ਕੇ ਵਾਪਸ ਮੁੜਿਆ ਗਊਆਂ ਮਈਆਂ ਤੇ ਆਈਆਂ ਸਨ ਇੱਕ ਦੂਜੇ ਤੋਂ ਪਹਿਲਾਂ ਚੁ ਬੱਚੇ ਤੇ ਅਪੜ ਕੇ ਪਾਣੀ ਪੀਣ ਦਾ ਯਤਨ ਕਰਨ ਲੱਗੀਆਂ ਭਾਈ ਸਵਾਇਆ ਸਿੰਘ ਜੀ ਉੱਚੀ ਥਾਂ ਤੇ ਖਲੋਤੇ ਪਸ਼ੂਆਂ ਨੂੰ ਠੰਡਾ ਤੇ ਨਿਰਮਲ ਜਲ ਛਕਦਿਆਂ ਦੇਖ ਪਰਸਨ ਹੋ ਰਹੇ ਸਨ ਉਸ ਵੇਲੇ ਉਹਨਾਂ ਦੀ ਨਜ਼ਰ ਇਸ ਹਲਵਾਈ ਤੇ ਪਈ ਇਹ ਇੱਕ ਹੱਥ ਵਿੱਚ ਛੋਟੀ ਲਈ ਖੜਾ ਸੀ ਤੇ ਆਪਣੀ ਹੱਟੀ ਦੇ ਅੱਗੇ ਆਉਣ ਵਾਲੀਆਂ ਗਊਆਂ ਮਈਆਂ ਨੂੰ ਛੋਟੀ ਮਾਰ-ਮਾਰ ਉਹਨਾਂ ਨੂੰ ਦੁਕਾਨ ਤੋਂ ਪਰੇ ਕਰ ਰਿਹਾ ਸੀ ਸੰਸਵਾਇਆ ਸਿੰਘ ਜੀ ਬੇਜ਼ੁਬਾਨ ਪਸ਼ਵਾਂ ਨੂੰ ਮਾਰ ਪੈਂਦੀ ਵੇਖ ਕੇ ਨਾ ਸਹਾਰ ਸਕੇ ਦੌੜ ਕੇ ਹਲਵਾਈ ਪਾਸ ਗਏ ਤੇ ਉਸ ਦੇ ਹੱਥੋਂ ਛੋਟੀ ਖੋ ਲਈ ਤੇ ਪੁੱਛਣ ਲੱਗੇ ਕਿ ਤੂੰ ਇਹਨਾਂ ਨੂੰ ਕਿਉਂ ਮਾਰ ਰਿਹਾ ਹੈ ਹਲਵਾਈ ਨੇ ਉੱਤਰ ਦਿੱਤਾ ਕਿ ਇਹ ਮੇਰੀ ਦੁਕਾਨ ਅੱਗੇ ਆ ਕੇ ਚਿਕੜ ਭਾਰੇ ਪੈਰਾਂ ਨਾਲ ਚਿਕੜ ਕਰਦੀਆਂ ਹਨ ਜਿਸ ਤੋਂ ਮੇਰੇ ਗਾਂਕਾਂ ਨੂੰ ਤਕਲੀਫ ਹੁੰਦੀ ਹੈ ਸੰਤ ਜੀ ਨੇ ਇਹ ਗੱਲ ਸੁਣ ਕੇ ਦੰਦਾ ਹੀਟ ਜੀਬ ਲੈ ਲਈ ਤੇ ਕਹਿਣ ਲੱਗੇ ਕਿ ਤੂੰ ਆਪਣੇ ਗਾਂਕਾਂ ਦੇ ਸੁੱਖ ਲਈ ਸਾਡੇ ਗਾਂਕਾਂ ਨੂੰ ਦੁੱਖ ਦੇ ਰਿਹਾ ਹੈ ਜੇ ਤੂੰ ਆਪਣੇ ਗਾਂਕਾਂ ਦੀ ਜ਼ਰਾ ਜਿੰਨੀ ਖੇਚਲ ਵੀ ਨਹੀਂ ਸਹਾਰ ਸਕਦਾ ਤਾਂ ਅਸੀਂ ਆਪਣੇ ਗਾਂਕਾਂ ਨੂੰ ਮਾਰ ਪੈਣ ਦੀ ਕਿਵੇਂ ਸਹਾਰ ਸਕਦੇ ਹਾਂ ਅਗਲਾ ਹੈ ਗਊਸ਼ਾਲਾ ਦੇ ਪਸ਼ੂ ਅਸੀਂ ਪਿੱਛੇ 10 ਆਏ ਹਾਂ ਕਿ ਸੰਤ ਜੀ ਨੇ ਦੂਰ ਨੇੜੇ ਦੇ ਗੁਰਦੁਆਰਿਆਂ ਦੇ ਵਿੱਚ ਮਨਾਏ ਜਾਣ ਵਾਲੇ ਗੁਰਪੁਰਬਾਂ ਤੇ ਮੇਲਿਆਂ ਪੁਰ ਛਬੀਲਾਂ ਲਾਉਣ ਦਾ ਪ੍ਰਬੰਧ ਕਰ ਰੱਖਿਆ ਸੀ ਹਰ ਥਾਂ ਤੇ ਰੇਲ ਨਹੀਂ ਜਾਂਦੀ ਇਸ ਕਰਕੇ ਛਬੀਲ ਦਾ ਸਾਮਾਨ ਲੈ ਜਾਣ ਲਈ ਗੱਡਿਆਂ ਦਾ ਪ੍ਰਬੰਧ ਕਰ ਰੱਖਿਆ ਸੀ ਗੱਡਿਆਂ ਨੂੰ ਖਿੱਚਣ ਲਈ ਸੰਡੇ ਤੇ ਝੋਟਿਆਂ ਦੀ ਲੋੜ ਸੀ ਇਕ ਕਾਫੀ ਗਿਣਤੀ ਵਿੱਚ ਆਪਾਸ ਹੁਣ ਹੋ ਗਏ ਸਨ ਇਹਨਾਂ ਪਸ਼ੂਆਂ ਲਈ ਘਾਹ ਪੱਠੇ ਦੀ ਜ਼ਰੂਰਤ ਸੀ ਸੰਤ ਜੀ ਦੇ ਉਪਕਾਰਾਂ ਨੂੰ ਵੇਖ ਕੇ ਆਪਣੇ ਆਪ ਹੀ ਸੰਤਾਂ ਵੱਲੋਂ ਕਾਫੀ ਪਿਆਰ ਹੋ ਜਾਂਦਾ ਸੀ ਤੇ ਉਹਨਾਂ ਦੀਆਂ ਲੋੜਾਂ ਆਮ ਤੌਰ ਤੇ ਸੁੱਤੇ ਸਿੱਧੀ ਪੂਰੀਆਂ ਹੋ ਜਾਂਦੀਆਂ ਸਨ ਲੋਕੀ ਇਹਨਾਂ ਸੇਵਾਵਾਂ ਲਈ ਗਫੇ ਅਰਦਾਸ ਕਰਾਉਂਦੇ ਸਨ ਸੰਤਾਂ ਦੇ ਪਸ਼ੂਆਂ ਨੂੰ ਪੱਠੇ ਮਿਲਦੇ ਵੇਖ ਕੇ ਇਹ ਸੰਤਾਂ ਦੇ ਦਿਆਲੂ ਸੁਭਾਅ ਨੂੰ ਤੱਕ ਕੇ ਕਈ ਲੋਕੀ ਬੁੱਢਿਆਂ ਠੇਰਿਆਂ ਬਿਮਾਰ ਲੰਗੜੀਆਂ ਤੇ ਦੁੱਧਹੀਣ ਗਊਆਂ ਇਹਨਾਂ ਦੇ ਛੱਡ ਜਾਂਦੇ ਸਨ ਇਹਨਾਂ ਨੇ ਇਸ ਤਰ੍ਹਾਂ ਦੇ ਆਏ ਤੇ ਪਠਿਆਂ ਤੇ ਪਏ ਪਸ਼ੂ ਨੂੰ ਕਦੇ ਨਹੀਂ ਹਟਾਇਆ ਸੀ ਜਿਸ ਤੋਂ ਲੋਕਾਂ ਨੂੰ ਹੋਰ ਮੌਕਾ ਮਿਲ ਗਿਆ ਤੇ ਉਹ ਜਦ ਕਦੇ ਕਿਸੇ ਪਸ਼ੂ ਨੂੰ ਆਪਣੇ ਤੇ ਭਾਰੂ ਵੇਖਦੇ ਤਦ ਇਹ ਵਿਚਾਰ ਕੇ ਸਿੰਘ ਟੂਟੇ ਅਰਖੁਰ ਕਿਸੇ ਕੰਦਾ ਬੋਝ ਨਾ ਲੇ ਐਸੇ ਬੁੱਢੇ ਬੈਲ ਕੋ ਕੌਣ ਬਾਂਡ ਪੁੱਸ ਦੇ ਸੰਤ ਜੀ ਦੇ ਡੇਰੇ ਪਹੁੰਚਾ ਦੇਣਾ ਸ਼ੁਰੂ ਕੀਤਾ ਜਿਸ ਤੋਂ ਆਪ ਦੇ ਪ੍ਰਬੰਧ ਵਿੱਚ ਇੱਕ ਤਕੜੀ ਗਊਸ਼ਾਲਾ ਬਣ ਗਈ ਇਹ ਗਊਸ਼ਾਲਾ ਚਾਟੀਵਿੰਡ ਦੇ ਦਰਵਾਜ਼ੇ ਦੇ ਬਾਹਰ ਆਪ ਦੀ ਅਟਲ ਚੱਲ ਰਹੀ ਪਸ਼ੂਆਂ ਤੇ ਮਨੁੱਖਾਂ ਲਈ ਲਾਈ ਛਬੀਲ ਦੇ ਨਾਲ ਹੀ ਇਹਨਾਂ ਹੀ ਦਿਨਾਂ ਵਿੱਚ ਸ਼ਹਿਰ ਵਿੱਚ ਕਿਸੇ ਹੋਰ ਖਿਆਲ ਨੂੰ ਲੈ ਕੇ ਇੱਕ ਗਊਸ਼ਾਲਾ ਹੋਰ ਖੁੱਲੀ ਉਹਦੇ ਪ੍ਰਬੰਧਕ ਨੇ ਕਿਸੇ ਹੋਰ ਖਿਆਲ ਤੇ ਆਪ ਜੀ ਤੋਂ ਇਹਨਾਂ ਪਸ਼ੂਆਂ ਦੀ ਮੰਗ ਕੀਤੀ ਪਰ ਸੰਤ ਜੀ ਦਾ ਉੱਤਰ ਡਾਢਾ ਸਿੱਧਾ ਸਰਲ ਸੱਚਾ ਤੇ ਸੁੱਚਾ ਸੀ ਕਿ ਗਊਸ਼ਾਲਾ ਬਣਾਉਣ ਦੀ ਮੈਨੂੰ ਖਿੱਚ ਨਹੀਂ ਕਿਸੇ ਪਾਸੋਂ ਪਸ਼ੂ ਲੈਣ ਮੈਂ ਨਹੀਂ ਜਾਂਦਾ ਪਰ ਜਿਹੜਾ ਦੁਖੀਆਂ ਨਿਰਬਲ ਲਿਸਾ ਮਾੜੂਆਂ ਤੇ ਕਮਜ਼ੋਰ ਪਸ਼ੂ ਗੁਰੂ ਦੇ ਝੰਡੇ ਹੇਠਾਂ ਜਾਏ ਉਹਨੂੰ ਆਪਣੀ ਹੱਥੀ ਬਾਹਰ ਟੋੜਨਾ ਗੁਰੂ ਜੀ ਦੇ ਝੰਡੇ ਦੀ ਹਤਕ ਹੈ ਮੈਨੂੰ ਨਾ ਪਕੜ ਗਊਸ਼ਾਲਾ ਬਣਾਉਣ ਦੀ ਹੈ ਨਾ ਰੱਖਣ ਦੀ ਹੈ ਤੇ ਨਾ ਹੀ ਟੁੱਟਣ ਦਾ ਸ਼ੌਕ ਹੋਵੇਗਾ ਮੈਂ ਤਾਂ ਆਏ ਗਏ ਅਤਿਥੀ ਦੀ ਦੁਖੀ ਦੀ ਬੁੱਢੇ ਦੀ ਸੇਵਾ ਕਰਨੀ ਹੈ ਚਾਹੇ ਉਹ ਮਨੁੱਖ ਹੈ ਚਾਹੇ ਉਹ ਪਸ਼ੂ ਹੈ ਅਗਲਾ ਹੈ ਪਸ਼ੂਆਂ ਦਾ ਸਾਂਝਾ ਲੰਗਰ ਇੱਕ ਵੇਰ ਸੰਤਾਂ ਨੇ ਪਸ਼ੂਆਂ ਦੇ ਚਰਨ ਲਈ ਇੱਕ ਭੌਂ ਠੇਕੇ ਤੇ ਲਈ ਜਿਸ ਵਿੱਚ ਘਾਹ ਬਹੁਤ ਉਗ ਰਿਆ ਸੀ ਇਸ ਖੇਤ ਵਿੱਚ ਗਊਸ਼ਾਲਾ ਦੇ ਪਸ਼ੂ ਜਾ ਕੇ ਚਰਦੇ ਚੁਗਦੇ ਰਹਿੰਦੇ ਸਨ ਇੱਕ ਦਿਨ ਗੁਜਰਾਂ ਦੇ ਭੁੱਖੇ ਪਸ਼ੂ ਉਸ ਖੇਤ ਵਿੱਚ ਆ ਪਏ ਸੰਤਾਂ ਦੇ ਸੇਵਕ ਇੱਕ ਸਿੰਘ ਵਾਗੀ ਨੇ ਉਹਨਾਂ ਨੂੰ ਛੋਟੇ ਮਾਰ ਕੇ ਕੱਢ ਦਿੱਤਾ ਸ਼ਾਮਾਂ ਕੋ ਵੇਲੇ ਆਪ ਨੂੰ ਖਬਰ ਹੋਈ ਤਦ ਵਾਗੀ ਨੂੰ ਸਦਕੇ ਆਪਨੇ ਪ੍ਰਸ਼ਾਦ ਚਕਾਇਆ ਤੇ ਫਿਰ ਕਿਹਾ ਕਿ ਭਾਈ ਹੁਣ ਸਾਡਾ ਤੇਰਾ ਨਿਭਾ ਨਹੀਂ ਹੋ ਸਕਦਾ ਆਪਣਾ ਡੇਰਾ ਕਿਤੇ ਹੋਰ ਥੇਲ ਕਰ ਲੈ ਸੰਤਾ ਜਿਹੀ ਸ਼ੀਲ ਤੇ ਸੁਹਿਰਦ ਵਿਅਕਤੀ ਦੇ ਮੂੰਹ ਤੋਂ ਵਾਗੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਸੰਤਾ ਦੇ ਚਰਨ ਫੜ ਲਏ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਕੀ ਖੁਨਾਮੀ ਕੀਤੀ ਹੈ ਮੈਥੋਂ ਕੀ ਅਗਿਆ ਹੋਈ ਹੈ ਕਿ ਮੈਂ ਆਪ ਜੀ ਦੇਦਰੋਂ ਇਸ ਤਰ੍ਹਾਂ ਤਕਿਆ ਜਾ ਰਿਹਾ ਹਾਂ ਸੰਤਾਂ ਇੱਕ ਡਾਢਾ ਪਰਵਾਸਾ ਲਿਆ ਉਹਨਾਂ ਦੀਆਂ ਅੱਖਾਂ ਸੇਜਲ ਹੋ ਆਈਆਂ ਤੇ ਕਹਿਣ ਲੱਗੇ ਕਿ ਤੂੰ ਅਜਕਲ ਦੀ ਤਰਜੀ ਦੇ ਝੰਡੇ ਦੀ ਹੱਤ ਕੀਤੀ ਹੈ ਉਸਨੇ ਕੰਮ ਕੇ ਕਿਹਾ ਕਿ ਧਿੰਦਿਆਲ ਜੀ ਮੈਂ ਐਸੀ ਅਵਗਿਆ ਨਹੀਂ ਕੀਤੀ ਸੰਤ ਕਹਿਣ ਲੱਗੇ ਕਿ ਅੱਜ ਗੁਰੂ ਦੇ ਲੰਗਰ ਵਿੱਚ ਅਤਿਥੀ ਆਏ ਸਨ ਉਹ ਭੁੱਖੇ ਸਨ ਤੇ ਭੋਜਨ ਪਾਉਣ ਲਈ ਆਏ ਸਨ ਉਹਨਾਂ ਦਾ ਆਦਰ ਕਰਨ ਦੀ ਥਾਂ ਛੋਟੇ ਮਾਰੇ ਇਹ ਕਲਗੀਧਰ ਜੀ ਦੇ ਝੰਡੇ ਦੀ ਹਤਕ ਹੈ ਇਹ ਕਹਿ ਕੇ ਆਪ ਦੇ ਨੇਤਰ ਡੁੱਲ ਪਏ ਵਾਗੀ ਨੇ ਜੋ ਸਿੰਘ ਸੀ ਕਿ ਅਜੇ ਕਿ ਮਹਾਰਾਜ ਮੈਂ ਅਜੇ ਹਕਮ ਨਹੀਂ ਕੀਤਾ ਸੰਤਾਂ ਕਹ ਕੇ ਜਿਹੜੀ ਹਰੇ ਕਾ ਵਾਲੀ ਭੋ ਅਸਾਂ ਠੇਕੇ ਤੇ ਲਈ ਹੈ ਉਹ ਕਾ ਗੁਰੂ ਕਾ ਲੰਗਰ ਹੈ ਪਸ਼ੂਆਂ ਵਾਸਤੇ ਜਿਕੂ ਰੋਜ਼ ਡੇਰੇ ਲੰਗਰ ਕਰੀਦਾ ਹੈ ਜੋ ਆਤਿਥੀ ਮਨੁੱਖਾਵੇ ਉਸ ਨੂੰ ਪ੍ਰਸ਼ਾਦਾ ਮਿਲਦਾ ਹੈ ਨਾ ਕਿਸੇ ਨੂੰ ਨਹੀਂ ਕਰੀਦੀ ਕਿਉਂਕਿ ਲੰਗਰ ਗੁਰੂ ਕਾ ਹੈ ਸਾਡੀ ਕਮਾਈ ਦਾ ਤਾਂ ਹੈ ਨਹੀਂ ਉੰਜ ਉਹ ਵੀ ਗੁਰੂ ਕੀ ਹੀ ਹੈ ਸੋ ਜਿਵੇਂ ਇਹ ਡੇਰੇ ਦਾ ਲੰਗਰ ਮਨੁੱਖਾਂ ਵਾਸਤੇ ਹੈ ਤਿਵੇਂ ਉਹ ਘਾ ਦਾ ਲੰਗਰ ਪਸ਼ੂਆਂ ਵਾਸਤੇ ਹੈ ਦੋਏ ਲੰਗਰ ਕਲਗੀਧਰ ਜੀ ਦੇ ਹਨ ਜਿੱਥੋਂ ਅਤਿਥੀਆਂ ਨੂੰ ਨਾ ਨਹੀਂ ਹੋ ਸਕਦੀ ਫਿਰ ਉਸ ਘਾਹ ਦੇ ਲੰਗਰ ਤੇ ਜਦ ਪਸ਼ੂ ਆਏ ਤਾਂ ਤੁਸੀਂ ਕਿਉਂ ਸੋਟੇ ਮਾਰੇ ਸਿੰਘ ਨੇ ਹੱਥ ਜੋੜ ਕੇ ਕਿਹਾ ਕਿ ਇਹ ਭੋਲ ਤਾਂ ਜ਼ਰੂਰ ਹੋਈਏ ਪਰ ਮਹਾਰਾਜ ਜੇ ਇਸ ਤਰ੍ਹਾਂ ਪਸ਼ੂਆਂ ਨੂੰ ਖੋਲ ਦੇ ਦਿੱਤੀ ਜਾਏ ਤਦ ਆਪਣੇ ਪਸ਼ੂ ਕੀ ਖਾਣਗੇ ਸੰਤ ਕਿਹਾ ਭੋਲਿਆ ਇਹ ਭੋਂ ਅੱਗੇ ਤੇਰੀ ਕਮਾਈ ਨਾਲ ਮਿਲੀ ਹੈ ਜਾਂ ਮੇਰੀ ਨਾਲ ਗੁਰੂ ਨੇ ਸਿੱਖਾਂ ਦੇ ਰਿਦਿ ਪ੍ਰੇਰੇ ਸਿੱਖਾਂ ਨੇ ਆਪਣੇ ਦਸਵੰਦ ਵਿੱਚੋਂ ਰੁਪਏ ਦਿੱਤੇ ਤਦੋਂ ਅਸਾਂ ਨੇ ਇਹ ਭੋਣ ਲਈ ਸੀ ਵਾਗੀ ਬੋਲਿਆ ਜੀ ਇੱਕ ਉਰ ਤਾਂ ਫਿਰ ਕਾ ਦਸਾਂ ਦਿਨਾਂ ਵਿੱਚ ਮੁੱਕ ਜਾਏਗਾ ਫਿਰ ਕੀ ਕਰਾਂਗੇ ਸੰਤ ਬੋਲੇ ਤਦੇ ਤਾਂ ਤੈਨੂੰ ਟੋਰਦੇ ਹਾਂ ਜੋ ਗੁਰੂ ਪਰ ਤੇਰਾ ਭਰੋਸਾ ਨਹੀਂ ਗੁਰੂ ਕੇ ਖਜ਼ਾਨੇ ਅਖੋਟ ਹਨ ਉਹ ਕਦੇ ਆਪਣੇ ਡੰਗਰਾਂ ਨੂੰ ਥੁਣਨ ਨਹੀਂ ਦੇਵੇਗਾ ਜਿਸ ਖਜ਼ਾਨੇ ਨੂੰ ਅੱਗੇ ਰੁਪਏ ਕਾ ਲੈਸੋ ਉਸੇ ਖਜ਼ਾਨੇ ਨੂੰ ਹੋਰ ਕਾ ਲੇਗਾ ਉਹ ਵਿਸ਼ਵੰਬਰ ਹੈ ਉਸਨੇ ਸਭ ਨੂੰ ਪਾਲਣਾ ਹੈ ਗੁਰੂ ਦੇ ਘਰ ਕਿਸੇ ਗੱਲ ਦੀ ਕਮੀ ਹੈ ਜੇ ਟੋਟਾ ਆ ਜਾਏਗਾ ਤਾਂ ਗੁਰੂ ਹੋਰ ਦੇਗਾ ਇਹ ਉੱਚ ਭਾਵ ਸੁਣ ਕੇ ਵਾਗੀ ਸਿੰਘ ਨੇ ਭੁੱਲ ਮੰਨੀ ਫਿਰ ਅਰਦਾਸਾ ਸੁਦਵਾ ਕੇ ਭੁੱਲ ਬਖਸ਼ਵਾਈ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਪ੍ਰਬੰਧ ਨਹੀਂ ਨਿਭਦਾ ਪਰ ਭਾਈ ਸਾਹਿਬ ਜਿਸ ਪਦ ਵਿੱਚ ਖੇਡਦੇ ਸਨ ਉਹ ਬਹੁਤ ਉੱਚਾ ਸੀ ਆਪ ਉੱਥੇ ਬੋਲਦੇ ਸਨ ਜਿੱਥੇ ਗੁਰੂ ਨਾਲ ਜੁੜਿਆ ਸਿੱਖ ਬੋਲਦਾ ਹੈ ਰਜ਼ਾ ਦਾ ਚਾਨਣਾ ਅੰਦਰ ਪੈਂਦਾ ਹੈ ਤੇ ਉੱਚਾ ਪ੍ਰੇਮ ਓਪਰੇਪਣ ਨੂੰ ਤੇ ਪਰਾਈਪਣ ਨੂੰ ਧੋ ਕੇ ਅੰਦਰੋਂ ਕੱਢ ਦਿੰਦਾ ਹੈ ਲੋੜਵੰਤਾ ਤੇ ਦੁਖੀਆਂ ਦੀ ਸੇਵਾ ਕਰਨੀ ਤੇ ਅੰਦਰ ਵਿਤਕਰਾਂ ਨਾ ਰੱਖਣਾ ਤੇ ਪਸ਼ੂ ਪੰਛੀ ਜੀ ਮਨੁੱਖ ਸਭ ਨਾਲ ਦਇਆ ਪਾਲਣੀ ਇਹ ਉਹਨਾਂ ਦੇ ਸ਼ੁੱਧ ਆਸ਼ੇ ਵਿੱਚ ਸਿੱਖ ਦੀ ਦੇਹ ਦੀ ਸਫਲਤਾ ਸੀ 68 ਤੀਰਥ ਸਗਲ ਪੁੰਜੀ ਦਇਆ ਪਰਵਾਨ ਆਤਮਾ ਦੀ ਸਫਲਤਾ ਉਹ ਨਾਮ ਵਿੱਚ ਸਮਝਦੇ ਸਨ ਔਰ ਨਾਮ ਵੱਲੋਂ ਕਦੇ ਗਾਫਲ ਨਹੀਂ ਹੁੰਦੇ ਸਨ ਤੇ ਨਾਮੀ ਦੇ ਚਰਨਾਂ ਨਾਲ ਲੱਗੇ ਹੀ ਰਹਿੰਦੇ ਸਨ ਅਗਲਾ ਹੈ ਸੱਚੇ ਵੈ ਤੇ ਦਇਆ ਕਰੋ ਸੰਤ ਜੀ ਇੱਕ ਦਿਨ ਇੱਕ ਗੁਰਮੁਖ ਸਿੱਖ ਦੇ ਘਰ ਗਏ। ਕੁਝ ਚਿਰ ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਉੱਥੋਂ ਜਦ ਆਪ ਤੁਰਨ ਲੱਗੇ ਤਾਂ ਕਹਿਣ ਲੱਗੇ ਕਿ ਕੁਝ ਗੁਰੂ ਉੱਤੇ ਵੀ ਕਿਰਪਾ ਕਰਿਆ ਕਰੋ। ਹਰਿਆਣੋਂ ਕੇ ਅੱਗੋਂ ਕਿਹਾ ਗਿਆ ਕਿ ਅਸੀਂ ਕੌਣ ਕੀ ਤਾਂ ਗੁਰੂ ਉੱਤੇ ਕਿਰਪਾ ਕਰਨ ਵਾਲੇ। ਸੰਤ ਕਹਿਣ ਲੱਗੇ ਐਉਂ ਨਹੀਂ। ਪਰ ਰੋਗੀ ਹਾਰ। ਜੋ ਹਕੀਮ ਤੇ ਕਿਰਪਾ ਕਰਦਾ ਹੈ। ਹਕੀਮ ਕਹਿੰਦਾ ਹੈ ਮੈਂ ਰੋਗੀ ਨੂੰ ਰਾਜ਼ੀ ਕਰਨਾ ਹੈ दारू ਦਿੰਦਾ ਹੈ ਤੇ ਪਥ ਦੱਸਦਾ ਹੈ ਜੇ ਰੋਗੀ ਪਥ ਰੱਖਦਾ ਹੈ ਤੇ ਦਵਾਈ ਖਾਂਦਾ ਹੈ ਤਦ ਹਕੀਮ ਤੇ ਕਿਰਪਾ ਕਰਦਾ ਹੈ ਜੇ ਪਥ ਯਾਨੀ ਪਰਹੇਜ਼ ਨਹੀਂ ਰੱਖਦਾ ਤਦ ਹਕੀਮ ਨੂੰ ਹੋਰ ਦਵਾਈਆਂ ਦੇਣੀਆਂ ਪੈਂਦੀਆਂ ਹਨ ਤੇ ਵਧਿਕ ਵਕਤ ਖਰਚ ਕਰਨਾ ਪੈਂਦਾ ਹੈ ਹਕੀਮ ਨੇ ਇਲਾਜ ਕਰਨੋਂ ਹਟਣਾ ਨਹੀਂ ਕਿਉਂਕਿ ਉਸਨੇ ਪ੍ਰਤਗਿਆ ਕੀਤੀ ਹੋਈ ਹੈ ਕਿ ਮੈਂ ਰਾਜ਼ੀ ਕਰਨਾ ਹੈ ਰੋਗੀ ਦੇ ਕੁਪਥ ਨਾਲ ਹਕੀਮ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਵਕਤ ਜੋ ਹੋਰ ਹੋਰ ਰੋਗੀਆਂ ਤੇ ਲੱਗਣਾ ਸੀ ਇਧਰ ਕੁਪਥੀ ਰੋਗੀਆਂ ਨੂੰ ਹੀ ਦੇਣਾ ਪੈਂਦਾ ਹੈ ਸੋ ਰੋਗੀ ਦੀ ਦਇਆ ਆਪਣੇ ਹਕੀਮ ਪਰ ਇਹ ਹੈ ਕਿ ਹਕੀਮ ਦੇ ਅੱਖੇ ਵਿੱਚ ਆਪਣੀ ਅਰੋਗਤਾ ਲਈ ਤੁਰੇ ਪਥ ਪਰਹੇਜ਼ ਰੱਖ ਕੇ ਦਵਾਈ ਖਾਵੇ ਤੇ ਹਰ ਤਰ੍ਹਾਂ ਆਪਣੇ ਰਾਜ਼ੀ ਹੋਣ ਵਿੱਚ ਉਸ ਦੀ ਸਹਾਇਤਾ ਕਰੇ ਕਿਉਂਕਿ ਸੱਚੇ ਵੈਦ ਨੇ ਸਭ ਨੂੰ ਰਾਜ਼ੀ ਕਰਨਾ ਹੈ ਦੇਖੋ ਵੈਦ ਲਈ ਲਿਖਿਆ ਹੈ ਸਗਲ ਸਮੂਲ ਹੈ ਉਦਰੇ ਨਾਨਕ ਗੁਰੂ ਨਾਨਕ ਨੇ ਸਾਰਿਆਂ ਨੂੰ ਤਾਰਨਾ ਹੈ ਜਗਤ ਆਤਮ ਰੋਗੀ ਹੈ ਗੁਰੂ ਜੀ ਨਾਮ दारू ਦਿੰਦੇ ਹਨ ਤੇ ਸਤ ਸੰਤੋਖ ਤੇ ਵਿਚਾਰ ਦਾ ਸੇਵਨ ਦੱਸਦੇ ਹਨ ਤੇ ਦੁਆਖ ਦੇ ਕਰਮਾਂ ਤੋਂ ਪਥ ਰਖਣਾ ਪਰਹੇਜ਼ ਕਰਨਾ ਦੱਸਦੇ ਹਨ ਹੁਣ ਜੇ ਤਾਂ दारू ਖਾਈ ਚਲੀਏ ਸੰਜਮ ਨਿਭਾਈ ਚਲੀਏ ਤਦ ਛੇਤੀ ਰਾਜ਼ੀ ਹੋਵਾਂਗੇ ਤੇ ਵੈਦ ਸਾਥੋਂ ਛੇਤੀ ਵੇਲਾ ਹੋਵੇਗਾ ਤੇ ਹੋਰਨਾਂ ਦੀ ਭਲਾਈ ਲਈ ਉਸ ਨੂੰ ਵਧੀਰਾ ਵਕਤ ਮਿਲੇਗਾ ਤੇ ਜੇ ਕੋ ਪਥ ਕਰਾਂਗੇ ਤਦ ਗੁਰੂ ਨੇ ਤਾਂ ਆਪਣਾ ਕੰਮ ਸਾਰਿਆਂ ਨੂੰ ਰਾਜ਼ੀ ਕਰਨ ਦਾ ਛੱਡਣਾ ਨਹੀਂ ਸੋ ਉਸ ਨੂੰ ਸਾਡੇ ਇਲਾਜ ਤੇ ਵਧੀਰਾ ਚਿਰ ਲੱਗੇਗਾ दारू ਕੋੜੇ ਕੋੜੇ ਮਿਲਣਗੇ ਅਖੀਰ ਰਾਜ਼ੀ ਹੋਣਾ ਹੈ ਇਉਂ ਵੈਦ ਦਾ ਬਹੁਤਾ ਵਕਤ ਸਾਡੇ ਤੇ ਖਰਚ ਹੋਵੇਗਾ ਪਰ ਜੇ ਅਸੀਂ ਪਰਹੇਜ਼ ਰੱਖਾਂਗੇ ਤਾਂ ਉਹ ਸਾਥੋਂ ਛੇਤੀ ਵੇਲਾ ਹੋ ਸੋ ਇਹ ਵੈਦ ਤੇ ਦਇਆ ਹੋਈ ਇੱਥੇ ਵੈਦ ਗੁਰੂ ਹੈ ਇਉਂ ਇਹ ਗੁਰੂ ਤੇ ਦਇਆ ਹੈ ਇਨ੍ਹਾਂ ਬਚਨਾਂ ਤੋਂ ਪਤਾ ਲੱਗਦਾ ਹੈ ਕਿ ਸੰਤ ਜੀ ਨੂੰ ਗੁਰੂ ਤੇ ਕਿੰਨਾ ਉੱਚਾ ਤੇ ਸੁੱਚਾ ਭਰੋਸਾ ਸੀ ਤੇ ਗੁਰੂ ਦੀ ਸਮਰੱਥਾ ਨੂੰ ਕਿੰਨਾ ਮੁਕੰਮਲ ਜਾਣਦੇ ਸਨ ਇਹ ਉਹਨਾਂ ਦਾ ਖਿਆਲ ਹੀ ਨਹੀਂ ਸੀ ਉਹਨਾਂ ਦਾ ਅਨੁਭਵ ਤੇ ਉਹਨਾਂ ਦੀ ਵਰਤਣ ਹੀ ਏ ਸੀ ਦੂਸਰਾ ਇਹ ਪਤਾ ਲੱਗਾ ਕਿ ਨਾਮ ਅਭਿਆਸ ਵਿੱਚ ਆਚਰਣ ਦੀ ਉਚਤਾ ਨੂੰ ਆਪ ਕਿੰਨਾ ਜ਼ਰੂਰੀ ਸਮਝਦੇ ਸਨ ਅਗਲਾ ਹੈ ਸੰਤ ਦੇ ਗੁਣ ਸੁਭਾਅ ਨਾ ਤਾਂ ਆਪ ਖੁਸ਼ਾਮਤ ਕਰਦੇ ਸੇ ਨਾ ਭੇਖ ਰਜ ਕੇ ਕੋਈ ਜਾਲ ਤਾਣ ਕੇ ਲੋਕਾਂ ਨੂੰ ਕਿਵੇਂ ਪਰਮਾ ਕੇ ਸੇਵਾ ਕਰਵਾਈ ਚਾਉਂਦੇ ਸਨ ਤੇ ਨਾ ਹੀ ਇਹ ਚਾਉਂਦੇ ਸਨ ਕਿ ਆਕੜ ਕਰਕੇ ਲਾਂਬੇ ਹੋ ਰਹੀਏ ਸਾਨੂੰ ਕੀ ਸੇਵਾ ਆਪ ਕਰਦੇ ਸਨ ਤੇ ਹੋਰਨਾਂ ਤੋਂ ਕਰਾਉਂਦੇ ਸਨ ਪਰ ਸਾਫ਼ ਸੱਚ ਰੁੱਖਾ ਚਾਏ ਮਿੱਠਾ ਸੱਚ ਕਹਿ ਕੇ ਕਰਾਉਣੀ ਕੋਈ ਕਰੇ ਤਾਂ ਉਹਦੇ ਦਬੇਲ ਨਹੀਂ ਬਣਨਾ ਕੋਈ ਨਾ ਕਰੇ ਤਦ ਰੰਝ ਨਹੀਂ ਹੋ ਨਿਰਛਲ ਸ਼ੁੱਧ ਤੇ ਅੰਦਰੋਂ ਬਾਹਰੋਂ ਇੱਕ ਜੇ ਲੋੜ ਆ ਬਣੀ ਹੈ ਤਾਂ ਇਹ ਉਡੀਕ ਨਹੀਂ ਕਰਨੀ ਕਿ ਅਗਲਾ ਆਪੇ ਆਖੇ ਜਾਂ ਅਜੇ ਹੀ ਪੇਛਦਾਰ ਗੱਲ ਕਰੀਏ ਕਿ ਅਗਲਾ ਆਪ ਆਖੇ ਤੇ ਤਾਂ ਸੋ ਨਖਰੇ ਨਾਲ ਲਈਏ ਆਪ ਸਾਫ਼ ਕਹਿ ਦੇ ਦਿੰਦੇ ਸੰ ਕਿ ਅਮ ਕੰਮ ਕਰ ਸਕਦੇ ਹੋ ਤਾਂ ਕਰੋ ਜੇ ਕਿਸੇ ਚੀਜ਼ ਦੀ ਲੋੜ ਨਾ ਹੋਵੇ ਤੇ ਕੋਈ ਦੇਵੇ ਤਾਂ ਕਹਿ ਦਿੰਦੇ ਸਨ ਕਿ ਇਸ ਚੀਜ਼ ਦੀ ਲੋੜ ਨਹੀਂ ਐਵੇਂ ਕਾਹਨੂੰ ਦਿੰਦੇ ਹੋ ਇੱਕ ਦਿਨ ਆਪ ਬਾਜ਼ਾਰ ਵਿੱਚ ਮਿਲ ਪਏ ਪੁੱਛਣ ਲੱਗੇ ਕਿੱਥੇ ਚੱਲੇ ਹੋ ਉੱਤਰ ਘਰ ਜਾ ਰਹੇ ਹਾਂ ਛੋਟਾ ਭਰਾਤਾ ਦਾ ਵਿਆਹ ਹੈ ਇਹ ਸੁਣ ਕੇ ਆਪ ਨਾਲ ਹੀ ਗੱਡੀ ਵਿੱਚ ਆ ਬੈਠੇ ਤੇ ਨਾਲ ਹੀ ਘਰ ਪੁੱਜ ਗਏ ਸੰਤ ਜੀ ਨੂੰ ਸਤਕਾਰ ਨਾਲ ਬਿਠਾ ਕੇ ਕੁਝ ਮਠਿਆਈ ਆਦੀ ਭੇਟ ਕੀਤੀ ਗਈ ਸੰਤ ਜੀ ਕਹਿਣ ਲੱਗੇ ਕਿ ਇਹ ਤਾਂ ਗੁਰੂ ਕੇ ਸਿੱਖ ਛਕ ਲੈਣਗੇ ਪਰ ਮੈਨੂੰ ਆਟਾ ਦਿਓ ਜੋ ਲੰਗਰ ਵਿੱਚ ਕੰਮ ਆਵੇ ਮਠਿਆਈ ਨਾਲ ਬਿਹੰਗਮਾ ਨੂੰ ਮੇਲ ਨਹੀਂ ਚਾਹੀਦਾ ਸੰਤ ਜੀ ਨੇ ਸਾਰੀ ਉਮਰ ਸੇਵਾ ਕੀਤੀ ਤੇ ਸਾਰਾ ਜਨਮ ਸੇਵਾ ਤੇ ਲਾਇਆ ਆਪਣੇ ਵਾਸਤੇ ਕੋਈ ਮਿਲਖ ਜਾਇਦਾਦ ਨਹੀਂ ਬਣਾਈ ਲੋਕਾਂ ਦੇ ਦਿਲਾਂ ਵਿੱਚ ਜਿੰਨਾ ਪਿਆਰ ਸਤਿਕਾਰ ਤੇ ਇਤਬਾਰ ਸੀ ਜੇ ਚਾਹੁੰਦੇ ਤਾਂ ਲਖਪਤੀ ਹੋ ਕੇ ਜਾਂਦੇ ਪਰ ਉਹ ਲਖ ਕਖ ਨੂੰ ਤੁਲਤਾ ਦੇਂਦੇ ਸਨ ਤੇ ਸੇਵਾ ਨੂੰ ਸਫਲਤਾ ਸਮਝਦੇ ਸਨ ਆਪ ਦਾ ਜੀਵਨ ਇੱਕ ਬੀਤਰਾ ਗੁਰਮੁਖ ਦੇ ਜੀਵਨ ਦਾ ਨਮੂਨਾ ਸੀ ਆਪ ਦੀ ਗੱਲਬਾਤ ਬੜੇ ਬੜੇ ਗੁੱਜੇ ਭੇਦਾਂ ਨੂੰ ਖੋਲਣ ਵਾਲੀ ਹੁੰਦੀ ਸੀ ਇੱਕ ਵੇਰ ਇੱਕ ਸਿੰਘ ਜੀ ਬਿਮਾਰ ਹੋ ਗਏ ਬਿਮਾਰੀ ਨੇ ਕਾਫੀ ਦਿਨ ਦਾ ਪਿੱਛਾ ਨਾ ਛੜਿਆ ਸੰਤਾਂ ਨੂੰ ਇਹਨਾਂ ਦੇ ਨਾਲ ਪ੍ਰੇਮ ਸੀ ਬਿਮਾਰੀ ਦੀ ਖਬਰ ਆਪ ਦੇ ਕੰਨਾਂ ਵਿੱਚ ਵੀ ਪੁੱਜੀ ਆਪ ਆਏ ਤੇ ਕਹਿਣ ਲੱਗੇ ਕਿ ਮੈਂ ਬਿਮਾਰ ਨੂੰ ਵੇਖਣ ਨਹੀਂ ਆਇਆ ਤੇ ਨਾ ਹੀ ਇਹ ਪੁੱਛਣ ਆਇਆ ਹਾਂ ਕਿ ਬਿਮਾਰ ਹੈ ਜਾਂ ਤੰਦਰੁਸਤ ਮੈਂ ਤਾਂ ਇਹ ਵੇਖਣ ਆਇਆ ਹਾਂ ਕਿ ਸਰੀਰ ਖੇਦ ਜਾਂ ਮੌਤ ਦੇ ਭੈ ਤੋਂ ਕਿਤੇ ਡੋਲਦਾ ਨਹੀਂ ਗਏ ਤਕਲੀਫ ਆਈ ਵੇਖ ਕੇ ਡੋਲਣਾ ਨਹੀਂ ਚਾਹੀਦਾ ਇਹ ਕੋਈ ਅਜਿਹੀ ਸ਼ੈ ਨਹੀਂ ਜਿਸ ਤੋਂ ਜੀਵ ਡਰੇ ਅਡੋਲ ਤੇ ਸਾਵਧਾਨ ਹੋ ਕੇ ਤਿਆਰ ਰਹਿਣਾ ਚਾਹੀਏ ਸਰੀਰ ਐਵੇਂ ਖੇਡ ਹੈ ਨਾਮ ਸਤ ਹੈ ਸੁਰਤ ਨਾਮੇ ਟਿਕੀ ਰਹੇ ਫਿਰ ਦੁਰਾ ਦੇ ਮੈਂ ਤਾਂ ਇਹ ਵੇਖਣ ਆਇਆ ਹਾਂ ਕਿ ਸਰੀਰ ਖੇਤ ਜਾਂ ਮੌਤ ਦੇ ਭੈਤੋਂ ਕਿਤੇ ਡੋਲਦਾ ਨਹੀਂ ਗਏ ਤਕਲੀਫ ਆਈ ਵੇਖ ਕੇ ਡੋਲਣਾ ਨਹੀਂ ਚਾਹੀਦਾ ਇਹ ਕੋਈ ਅਜਹੀ ਸ਼ੈ ਨਹੀਂ ਜਿਸ ਤੋਂ ਜੀਵ ਡਰੇ ਅਡੋਲ ਤੇ ਸਾਵਧਾਨ ਹੋ ਕੇ ਤਿਆਰ ਰਹਿਣਾ ਚਾਹੀਏ ਸਰੀਰ ਐਵੇਂ ਖੇਡ ਹੈ ਨਾਮ ਸਤ ਹੈ ਸੁਰਤ ਨਾਮੇ ਟਿੱਕੀ ਰਹੇ ਗੁਰੂ ਰੂਪਿਆਰੀ ਸਾਥ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ